ਗੁਰੂ ਗ੍ਰੰਥ ਸਾਹਿਬ ਜੀ ਕਰਦੇ ਆ, ਦੂਸਰੇ ਪਾਸੇ ਅਸੀਂ ਸ਼ਲੋਕ ਪੜ੍ਹਨੇ ਆ। ਤੇ ਸੱਚ ਇਹ ਵੇ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਨਿਚੋੜ ਹੈ ਨਾ, ਉਹ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਲੋਕ ਨੇ। ਫਿਰ ਅਰ ਸੁਣਿਓ, ਜਪਜੀ ਸਾਹਿਬ ਆਰੰਭ ਹੈ, ਹੁਣ ਸ਼ਲੋਕਾਂ ਵਿੱਚ ਸਤਿਗੁਰੂ ਮੌਤ ਦੀ ਗੱਲ ਬੜੀ ਕਰ ਰਿਹਾ ਤੇ ਸ਼ਬਦ ਵਰਤ ਰਿਹਾ, ਜੋ ਉਪਜਿਓ ਸੋ ਬਿਨਸ ਕਹਿ ਪਰਵ ਆਜ ਕਹਿ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸੰਗਲ ਜੰਜਾਰ। ਸ਼ਬਦ ਵਰਤਦੇ ਨੇ, ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਵਾਰ, ਕਹੋ ਨਾਨਕ ਤਿਰ ਕੱਛ ਨੀ ਸੁਪਨੇ ਜਿਉ ਸੰਸਾਰ। ਸ਼ਬਦ ਵਰਤੇ ਜਾ ਰਹੇ ਨੇ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਮੇਰੀ ਬੇਨਤੀ ਹੈ ਜੀ, ਅਖੀਰ ਤੇ ਜਿਹੜੇ ਦੋ ਸ਼ਲੋਕ ਨੇ ਪਲੀਜ਼ ਉਹ ਸਮਝੋ, ਤੱਤ ਹੋਰ ਦੇ ਦਿੱਤਾ। ਅਖੀਰ ਵਾਲਾ ਸ਼ਲੋਕ ਹੈ, ਰਾਮ ਗਏ ਰਾਵਣ ਗਏ ਸਾਰਾ ਨਾਸ਼ਵੰਤ। ਮਹਾਰਾਜ ਕਹਿੰਦੇ ਨੇ, ਜਿਹੜੇ ਸਰੀਰਕ ਤੌਰ ਤੇ ਜਾਣ ਤੋਂ ਬਾਅਦ ਵੀ ਨਹੀਂ ਜਾਂਦੇ, ਸਰੀਰਕ ਤੌਰ ਤੇ ਚਲੇ ਗਏ ਪਰ ਫਿਰ ਵੀ ਉਹਨਾਂ ਦੀ ਹਾਜ਼ਰੀ ਹੈ, ਉਹ ਕੌਣ ਹੈ? ਨਾਮ ਰਹਿਓ ਸਾਧੂ ਰਹਿਓ, ਪਰਮੇਸ਼ਵਰ ਦਾ ਨਾਮ ਰਹੇਗਾ, ਉਸ ਨਾਮ ਨੂੰ ਜਪਣ ਵਾਲਾ ਸਾਧੂ ਰਹੇਗਾ, ਰਹਿਓ ਪਰਮੇਸ਼ਵਰ, ਨਾਮ ਰਹੇਗਾ ਸਾਧੂ ਰਹੇਗਾ ਗੁਰੂ ਰਹੇਗਾ ਗੋਬਿੰਦ ਰਹੇਗਾ। ਜੇ ਗੁਰਬਾਣੀ ਚ ਝਾਤੀ ਮਾਰ ਕੇ ਦੇਖੋ, ਇਹ ਚਾਰ ਸ਼ਬਦ ਮੈਂ ਵਰਤੇ ਨੇ, ਇਹ ਅਸਲ ਚ ਚਾਰੇ ਵੱਖ ਵੱਖ ਨੇ, ਜਦੋਂ ਅਭੇਦ ਹੋ ਜਾਂਦੇ ਨੇ ਚਾਰੇ ਸਿਰਫ ਇੱਕੋ ਹੀ। ਫਿਰ ਅਰਜ਼ ਹੈ, ਅਭੇਦ ਹੋ ਗਿਆ ਕਿਹੜੇ ਦੋ ਨੇ ਜੀ? ਆਪ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹੋ, ਇੱਕ ਦਿਨ ਮੈਂ ਸੋਚ ਰਿਹਾ ਸਾਂ, ਭਗਤ, ਇਹ ਵੀ ਮੈਂ ਵੀਰ ਜੀ ਦੇ ਹੁੰਦਿਆਂ ਸ਼ਾਇਦ ਕਥਾ ਕੀਤੀ ਸੀ, ਭਗਤ ਵਿੱਚ ਤੇ ਭਗਵੰਤ ਵਿੱਚ ਅੰਤਰ ਨਹੀਂ ਰਹਿੰਦਾ। ਮੈਂ ਅਸਲੀਅਤ ਦੀ ਗੱਲ ਕਰ ਰਿਹਾ, ਪਖੰਡੀਆਂ ਦੀ ਨਹੀਂ, ਕਿਉਂਕਿ ਕਈ ਵਾਰੀ ਸਪਿਰਚੁਅਲ ਸ਼ਬਦ ਵਰਤ ਕੇ ਵੀ ਲੋਕ ਦੁਕਾਨਾਂ 'ਚ ਲਾ ਜਾਂਦੇ ਆ। ਇੱਥੇ ਬਾਣੀ ਵਿੱਚ ਭਗਤ ਵਿੱਚ ਤੇ ਭਗਵੰਤ ਵਿੱਚ ਕੋਈ ਅੰਤ ਨਹੀਂ, ਅੰਤਰ ਨਹੀਂ। ਭਗਤ ਵਿੱਚ ਤੇ ਭਗਵੰਤ ਵਿੱਚ ਕੋਈ ਅੰਤ ਨਹੀਂ, ਅੰਤਰ ਨਹੀਂ। ਇੱਥੇ ਸੰਤ ਵਿੱਚ ਤੇ ਅਨੰਤ ਵਿੱਚ ਕੋਈ ਅੰਤਰ ਨਹੀਂ। ਭਗਤ ਔਰ ਭਗਵੰਤ, ਮਹਾਰਾਜ ਜੀ ਨੇ ਕਿਹਾ, ਦਾਸ ਅਨਨ ਮੇਰੋ ਨਿਜ ਰੂਪ, ਦਰਸ਼ਨ ਨੇਕ ਨਿਮਕ ਤਾਪਤ੍ਰੇ ਮੋਚਨ, ਪਰਸਤ ਮੁਕਤ ਕਰਤ ਗ੍ਰਹਿ ਕੂਪ। ਮੇਰਾ ਆਪਣਾ ਰੂਪ ਭਗਤ ਹੈ, ਜਿਹੜਾ ਉਹਨੂੰ ਸਪਰਸ਼ ਕਰੇਗਾ ਉਹਦੇ ਤਿੰਨੇ ਤਾਪਾਂ ਦਾ ਨਾਸ਼ ਹੋ ਜਾਏਗਾ। ਮਹਾਰਾਜ ਜੀ ਨੇ ਫਿਰ ਵੀ ਕਿਹਾ, ਸੰਤ ਵਿੱਚ ਤੇ ਅਨੰਤ ਵਿੱਚ ਕੋਈ ਅੰਤਰ ਨਹੀਂ। ਸੰਤ ਅਨੰਤ ਹੈ, ਅੰਤਰ ਨਾਹੀਂ। ਭਗਤ ਵਿੱਚ, ਭਗਵੰਤ ਵਿੱਚ, ਸੰਤ ਵਿੱਚ, ਅਨੰਤ ਵਿੱਚ ਤੇ ਗੁਰਮੁਖੋ ਸਵਾਮੀ ਵਿੱਚ ਤੇ ਸੇਵਕ ਵਿੱਚ ਵੀ ਕੋਈ ਅੰਤਰ ਨਹੀਂ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੂ ਮਾਨਸ ਦੇਖਾ, ਜੋ ਜਲ ਤਰੰਗ ਉੱਠੈ ਬਹੁ ਭਾਂਤੀ, ਫਿਰ ਸਲੈ ਸਰਲ ਸਮਾਏ ਦਾ। ਚੌਥੀ ਬੇਨਤੀ ਕਰਦੇ ਹਾਂ, ਸਿੱਖ ਵਿੱਚ ਤੇ ਗੁਰੂ ਵਿੱਚ ਫਿਰ ਕੋਈ ਅੰਤਰ ਨਹੀਂ ਰਹਿੰਦਾ, ਅਭੇਦ ਹੈ। ਮੈਂ ਇੱਕ ਹੋਰ ਅਰਜ਼ ਇੱਥੇ ਕਰਾਂ, ਪਹਿਲਾਂ ਕੀਤੀ ਹੋਵੇ ਸ਼ਾਇਦ। ਅਸੀਂ ਸਿੱਖ ਦੇ ਅਰਥ ਕਰਨੇ ਆ ਬਾਹਰ ਮੁਖੀ, ਜਿਵੇਂ ਸ਼ਿਸ਼ ਵਿਦਿਆਰਥੀ ਨੇ, ਗੁਰਮੁਖੋ ਇਹ ਵੀ ਅਰਥ ਠੀਕ ਨੇ, ਸਿੱਖਿਆ ਲੈਣ ਵਾਲਾ। ਅਸਲ ਵਿੱਚ ਇਕੱਲਾ ਵਿਦਿਆਰਥੀ ਨਹੀਂ, ਸਿੱਖ ਬੰਧਨ ਕੱਟਣ ਦੀ ਸਮਰੱਥਾ ਰੱਖਦਾ। ਇਹਦੇ ਛੋਟੇ ਅਰਥ ਨਾ ਲਈਏ, ਸਿੱਖ ਦਰਥ ਵਿਦਿਆਰਥੀ, ਸਿੱਖ ਦਰਥ ਤੁਰ, ਸਾਰੀ ਜ਼ਿੰਦਗੀ ਸਿੱਖਣਾ ਉਹ ਗੁਰਮੁਖੋ। ਗੁਰੂ ਪਦ ਸਭ ਤੋਂ ਉੱਤੇ ਵੇ ਨਾ,
ਤੇ ਗੁਰੂ ਸਾਹਿਬ ਤਾਂ ਬਾਣੀ ਚ ਕਹਿੰਦੇ ਆ, ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ ਕੰਮ ਪਾਪੀ ਪੀ ਗਤ ਪਾਹੇ। ਫਿਰ ਅਰਜ ਕਹਿ, ਸਿੱਖ ਹੋਵੇ ਜਿਹਦੇ ਵਿੱਚ ਸਤ ਗੁਰੂ ਦਾ ਸ਼ਬਦ ਪ੍ਰਕਾਸ਼ ਹੋ ਕੇ ਚਿਹਰੇ ਤੋਂ ਗੁਰੂ ਝਲਕਦਾ ਹੈ, ਤੇ ਗੁਰੂ ਉਹ ਹੈ ਜਿਹਦੇ ਵਿੱਚ ਸਮਰਥ ਨਿਰਾਕਾਰ ਜਿਹੜਾ ਸਾਕਾਰ ਹੋ ਕੇ ਪ੍ਰਗਟ ਹੋ ਜਾਂਦਾ। ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆ, ਸਤਿਗੁਰੂ ਵਿੱਚ ਆਪ ਪਰਮੇਸ਼ਵਰ ਨੇ ਰੱਖਿਆ, ਇਹ ਸਾਰੀ ਦੁਨੀਆਂ ਵਿੱਚ ਪ੍ਰਗਟ ਕਰ ਦਿੱਤਾ। ਫਿਰ ਬੇਨਤੀ ਕਰਾਂਗਾ, ਭਗਤ ਔਰ ਭਗਵੰਤ, ਸੰਤ ਔਰ ਅਨੰਤ, ਸੇਵਕ ਔਰ ਸਵਾਮੀ, ਸਿੱਖ ਤੇ ਗੁਰੂ, ਚੌਥੀ ਬੇਨਤੀ ਇਹ ਵੇ, ਪੰਜਵੀਂ ਜਨ ਅਤੇ ਹਰੀ, ਹਰ ਜਨ ਵਿੱਚ ਤੇ ਹਰੀ ਵਿੱਚ ਸੱਚੀ ਮੁੱਚੀ ਖਾਰ, ਹਰ ਜਨ ਦੇ ਏਕ ਹੈ ਵੀ ਵਿਚਾਰ ਕਛਨਾਏ, ਜਲ ਤੇ ਉਪਜ ਤਰੰਗ ਜੋ ਜਾਲੀ ਵਿਖੇ ਸਮਾਹੇ। ਛੇਵੀਂ ਬੇਨਤੀ, ਖਾਲਸੇ ਵਿੱਚ ਤੇ ਗੁਰੂ ਗੋਬਿੰਦ ਸਿੰਘ ਵਿੱਚ ਕੋਈ ਅੰਤਰ ਨਹੀਂ, ਅਭੇਦ ਨੇ। ਮੇਰੀ ਫਿਰ ਅਰਜ਼ ਸੁਣਿਓ, ਪਿਛਲੇ ਦਿਨਾਂ ਚ ਮੈਂ ਸ਼ਾਇਦ ਇੱਕ ਇੱਥੇ ਬੇਨਤੀ ਕੀਤੀ ਸੀ ਕਿ ਪੰਜਾਂ ਪਿਆਰਿਆਂ ਨੂੰ, ਜੋ ਸਾਡੀ ਤਵਾਰੀਖ ਦੱਸਦੀ, ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਕਿੰਨੇ ਅੰਮ੍ਰਿਤ ਛਕਿਆ ਸੀ? ਗੁਰੂ ਗੋਬਿੰਦ ਸਿੰਘ ਜੀ ਨੇ ਨਾ। ਉਦੋਂ ਬਾਅਦ ਪੰਜਾਂ ਨੇ ਫਿਰ ਛਕਿਆ, ਜਿਹੜੇ ਪੰਜ ਮੁਕਤੇ ਨੇ, ਇੱਕ 40 ਮੁਕਤੇ ਨੇ ਨਾ ਜੀ, ਇੱਕ ਸਿੰਘ ਚਮਕੌਰ ਸਾਹਿਬ ਦੇ 40 ਨੇ, ਦੂਜੇ ਮੁਕਤਸਰ ਦੇ 40 ਨੇ, ਇੱਕ ਪੰਜ ਮੁਕਤੇ ਨੇ। ਪਰ ਪੰਜਾਂ ਪਿਆਰਿਆਂ ਤੋਂ ਬਾਅਦ ਜਿੰਨਾ ਅੰਮ੍ਰਿਤ ਛਕਿਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਮਹਾਰਾਜ ਜੀ ਨੇ ਕਿਉਂ ਜੀ? ਕਿਉਂ ਦਾ ਅਰਥ ਤਰਕ ਨਹੀਂ, ਉਹਨਾਂ ਇਹ ਨਹੀਂ ਕਿਹਾ ਖਾਲਸੇ ਨੂੰ ਅੰਮ੍ਰਿਤ ਛਕਾ ਕੇ ਖਾਲਸੇ ਤੋਂ ਅੰਮ੍ਰਿਤ ਦੀ ਦਾਤ ਲਈ, ਇਹ ਨਹੀਂ ਕਿਹਾ ਮੈਂ ਤੇਰਾ ਹਾਕਿਮ ਹਾਂ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਲਈ, ਉਦੋਂ ਕਹਿ ਦਿੱਤਾ ਜਿਸ ਥਾਂ ਤੇ ਖਾਲਤਾ ਮੈਂ ਆਪਣੇ ਆਪ ਨੂੰ ਖਾਲਸੇ ਵਿੱਚ ਅਭੇਦ ਕਰ ਲੱਗਾ। ਪਿਆਰਿਓ, ਅਭੇਦਤਾ ਹੈ, ਇਹਨੂੰ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਲਿਖਿਆ ਕਿ ਗੁਰੂ ਸੂਰਜ ਪ੍ਰਕਾਸ਼ ਵਿੱਚ, ਖਾਲਸਾ ਗੁਰੂ, ਗੁਰੂ ਖਾਲਸਾ ਕਰੂੰ ਮੈਂ ਅਬ, ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀਓ। ਇਹ ਲਵੇ ਸੁਣਿਓ, ਫਿਰ ਮੇਰੀ ਅਰਜ਼ ਕਹਿ, ਪੰਜਾਂ ਤੋਂ ਅੰਮ੍ਰਿਤ ਛਕਣਾ ਬਾਹਰ ਮੁਖੀ ਅਰਥ ਨਾ ਕਰੀਏ। ਠੀਕ ਹੈ, ਭਾਈ ਗੁਰਦਾਸ ਸਾਹਿਬ ਦੂਜੇ ਨੇ ਲਿਖਿਆ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਨਹੀਂ ਪਿਆਰਿਓ, ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਆਪਣੇ ਵਿੱਚ ਮਿਲਾ ਲਿਆ, ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਆਪ ਨੂੰ ਖਾਲਸੇ ਵਿੱਚ ਤੇ ਖਾਲਸੇ ਨੂੰ ਆਪਣੇ ਵਿੱਚ ਮਿਲਾ ਲਿਆ, ਅਭੇਦ ਹੋ ਗਏ। ਇਹਨੂੰ ਇਉਂ ਕਹਿ ਲਓ ਰਾਮਕਲੀ ਕੀ ਵਾਰ ਵਿੱਚ, ਜੋਤ ਸਮਾਣੀ ਜੋਤ ਮਾਹੇ, ਆਪ ਆਪੇ ਸੇਤੀ ਮੇਕਿਉਨ, ਜੋਤ ਜੋਤ ਦੇ ਵਿੱਚ ਸਮਾ ਗਈ, ਆਪਣੇ ਬਰਾਬਰ ਕਰ ਲਿਆ। ਖਾਲਸਾ ਗੁਰੂ, ਗੁਰੂ ਖਾਲਸਾ ਕਰੂੰ ਮੈਂ ਅਬ, ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀਓ, ਸ਼ੰਕ ਨਾ ਕਰੀਜੈ ਸਾਵਧਾਨ ਹੋਏ ਦੀਜੈ, ਅਬ ਅੰਮ੍ਰਿਤ ਛਕਾਓ ਮੁਗੇ ਜੈਸੇ ਤੁਮ ਲੀਨੀਓ। ਮੈਂ ਬੇਨਤੀ ਕਰਾਂਗਾ ਫਿਰ ਉਸੇ ਵਿਸ਼ੇ ਤੇ, ਨਾਮ ਨਹੀਂ ਜਾਣਾ ਕਿਉਂਕਿ ਜਿਸ ਦਾ ਨਾਮ ਹੈ ਉਹ ਨਾਮੀ ਨੇ ਕਦੀ ਨਹੀਂ ਜਾਣਾ। ਇੱਥੇ ਤਾਂ ਹੀ ਗੋਬਿੰਦ ਤੇ ਨਾਮ ਇਕੱਠੇ ਰੱਖੇ ਨੇ, ਨਾਮ ਤੇ ਨਾਮੀ ਦੋ ਚੀਜ਼ਾਂ ਨੇ। ਹੁਣ ਆਮ ਤੌਰ ਤੇ ਆ ਵਜੂਦ ਹੈ, ਵਜੂਦ ਦਾ ਹੀ ਨਾਮ ਹੈ ਕਿਸੇ ਚੀਜ਼ ਦਾ, ਪਰ ਜਿੱਦਣ ਵਜੂਦ ਖਤਮ ਹੋ ਗਿਆ, ਆਇਆ ਗਿਆ ਮੋਇਆ ਨਾਉ, ਸਰੀਰ ਸੀ ਚਲਾ ਗਿਆ, ਨਾਮ ਮਿਟ ਗਿਆ, ਇਸ ਤਰ੍ਹਾਂ ਨਹੀਂ। ਨਾਮ ਤਾਂ ਰਹਿਣਾ ਕਿਉਂਕਿ ਨਾਮੀ ਨੇ ਕਦੀ ਨਹੀਂ ਜਾਣਾ, ਹੁਕਮ ਤਾਂ ਰਹਿਣਾ ਹੁਕਮੀ ਨੇ ਕਦੀ ਨਹੀਂ ਜਾਣਾ ਕਿਉਂਕਿ ਹੁਕਮ ਤੇ ਹੁਕਮੀ ਕਦੀ ਵੱਖ ਨਹੀਂ,
ਨਾਮ ਤੇ ਨਾਮੀ ਕਦੀ ਵੱਖ ਨਹੀਂ ਪਿਆਰਿਓ। ਜਿਹਦਾ ਜਿਹਨੇ ਆਪ ਰਹਿਮ ਕਾਇਮ ਰਹਿਣਾ ਉਹਦਾ ਨਾਮ ਜਾਊਗਾ। ਦੂਜੀ ਗੱਲ, ਜਿਹੜਾ ਨਾਮੀ ਨਾਲ ਜੁੜ ਜਾਂਦਾ ਹੈ ਨਾਮ ਦੇ ਰਾਹੀਂ, ਜਿੰਨੀ ਦੇਰ ਤੱਕ ਨਾਮੀ ਹੈ ਯਾਦ ਰੱਖਿਓ ਜਾਣਾ ਉਹਨੇ ਵੀ ਨਹੀਂ। ਅਭੇਦ ਉੱਤੇ ਚਿੰਨ ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਪਰ ਇੱਥੇ ਕਿਆ ਗੱਲਾਂ ਨਾਲ ਨਹੀਂ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ, ਗੁਰਮੰਤ ਭਾਈ ਸਾਹਿਬ ਸਾਰੀ ਜ਼ਿੰਦਗੀ ਗੁਰਮੰਤਰ ਦਾ ਹੋਕੇ ਦਿੰਦੇ ਰਹੇ, ਵਾਹਿਗੁਰੂ ਸ਼ਬਦ ਦਾ। ਭਾਵੇਂ ਇਹਦੇ ਅਰਥ ਨੇ ਕਿਨ ਜਪਿਓ ਗੁਰਮੰਤਰ, ਤੇ ਜਿਸ ਕਿਸੇ ਨੇ ਉਂਝ ਕਈ ਸੱਜਣ ਵੇਖੋ ਪਾਤਸ਼ਾਹ ਤਾਂ ਬਾਅਦ ਵਿੱਚ ਹੋਇਆ ਹੈ ਨਾ, ਪਹਿਲਾਂ ਤਾਂ ਲੜੀਵਾਰ ਸਰੂਪ ਸਨ। ਮੈਂ ਅੱਜ ਵੀ ਕਹਿੰਦਾ ਸਾਡੀ ਸੰਥਿਆ ਪਾਤਸ਼ਾਹ ਤੋਂ ਹੋਈ ਹੈ, ਪਰ ਮੈਂ ਕਹਾਂਗਾ ਲੜੀਵਾਰ ਤੋਂ ਹੀ ਸੰਥਿਆ ਕਰਨੀ ਚਾਹੀਦੀ ਹੈ। ਪੁਰਾਣੇ ਸਮੇਂ ਸੰਗਲੀ ਬੀੜ ਕਹਿੰਦੇ ਸਨ, ਕਿਨ ਜਪਿਓ ਗੁਰਮੰਤ, ਜਿਸ ਕਿਸੇ ਨੇ ਗੁਰਮੰਤ ਜਪਿਆ। ਅੱਗੇ ਉਹ ਕਹਿੰਦੇ ਨੇ ਭਾਈ ਸੱਜਣਾ ਇਹਦੇ ਅਰਥ ਇਹ ਵੀ ਨੇ, ਨਾਮ ਰਹੇਗਾ, ਸਾਧੂ ਰਹੇਗਾ, ਗੋਬਿੰਦ ਰਹੇਗਾ, ਗੁਰੂ ਰਹੇਗਾ। ਕਹੋ ਨਾਨਕ ਇਹ ਜਗਤ ਮੈਂ, ਇਸ ਜਗਤ ਵਿੱਚ ਤੂੰ ਹੈ ਕਿ ਨਾ ਜਪਿਓ ਗੁਰਮੰਤ, ਜਿਹਨੇ ਸਦਾ ਰਹਿਣਾ ਉਸ ਗੁਰਮੰਤਰ ਨੂੰ ਤੂੰ ਕਿਉਂ ਨਹੀਂ ਜਪਿਆ, ਤੈਨੂੰ ਜਪਣਾ ਚਾਹੀਦਾ ਹੈ। ਫਿਰ ਅੱਗੇ ਮਹਾਰਾਜ ਜੀ ਨੇ ਅਖੀਰਲੀ ਸਮਾਪਤੀ ਨਾਮ ਤੇ ਕੀਤੀ, ਰਾਮ ਨਾਮ ਉਰ ਮੈਂ ਗਏ ਜਾ ਕੇ ਸਾਹਮਣੇ ਕੋਈ ਨਾਮ ਦੇ ਬਰਾਬਰ ਕੁਛ ਵੀ ਨਹੀਂ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੁੱਛ ਸੁਨਾਈ ਹਰ ਹਰੇ ਨਾਨਕ ਨਾਮ ਅਮੋਲ। ਪਿਆਰਿਓ ਨਾਮ ਦੇ ਤੁਲ ਕੁਛ ਨਹੀਂ, ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਕਹੋ ਨਾਨਕ ਇਹ ਜਗਤ ਮੈਂ ਗਿਨ ਕਿਨ ਜਪਿਓ ਗੁਰਮੰਤ, ਨਾਮ ਰਾਮ ਨਾਮ ਉਰ ਮੈਂ ਗਇਓ ਜਾ ਕੇ ਸਾਹਮਣੇ ਕੋਏ, ਜੇ ਸਿਮਰਤ ਸੰਕਟ ਮਿਟੇ। ਗੁਰਮੁਖੋ ਸਿਮਰਨ ਸੰਕਟ ਤਾਂ ਮਿਟਦੇ ਨੇ, ਜਿਹਦਾ ਸਿਮਰਨ ਕੀਤਾ ਉਹਦਾ ਦਰਸ਼ਨ ਵੀ ਹੁੰਦਾ ਹੈ। ਜੇ ਸਿਮਰਤ ਸੰਕਟ ਮਿਟੇ ਦਰਸ਼ ਤੁਹਾਰੋ ਹੋਏ। ਮੈਂ ਫਿਰ ਅਰਜ਼ ਕਰਾਂਗਾ, ਮੈਨੂੰ ਫੋਟੋ ਨਾਲ ਨਾ ਜੋੜ ਕੇ ਦੇਖਿਓ, ਕਦੀ ਭਾਈ ਸਾਹਿਬ ਦਾ ਚਿਹਰਾ ਤੇ ਸੰਤ ਬਾਬਾ ਅਤਰ ਸਿੰਘ ਜੀ ਦੇ ਫੇਸ ਤੇ ਅੱਖਾਂ ਨੂੰ ਮਿਲਾ ਕੇ ਦੇਖਿਓ, ਕਦੀ ਧਿਆਨ ਨਾਲ ਦੇਖਿਓ। ਇਹ ਰੂਹਾਂ ਬਖਸ਼ੀਆਂ ਹੋਈਆਂ, ਆਪਾਂ ਕਹਾਂਗੇ ਦੀ ਦੁਬਾਰਾ ਵੀ ਕਿਉਂ ਆ ਸਕਦਾ ਹੈ, ਜਿਹੜੇ ਕਰਮ ਖੰਡ ਦੇ ਵਸਨੀਕ ਨੇ ਉਹਨਾਂ ਲਈ ਆਵਾਗੌਨ ਨਹੀਂ ਹੁੰਦਾ, ਉੱਥੇ ਸੋਰਵੇਂ ਮਰਦ ਰਹਿੰਦੇ ਆ। ਮੈਂ ਇੱਕ ਘਟਨਾ ਸਿਰਫ ਆਪ ਨਾਲ ਸਾਂਝੀ ਕਰਕੇ ਸਮਾਪਤੀ ਕਰਾਂਗਾ, ਕਿਉਂਕਿ ਟਾਈਮ ਲੇਟ ਚੱਲ ਰਿਹਾ ਨਾ, ਤਾਂ ਮੈਂ ਕਹਿ ਰਿਹਾ। ਹੁਣ ਜਸਵਿੰਦਰ ਸਿੰਘ ਜੀ ਕਹਿ ਕੇ ਗਏ ਸ਼ੂ ਹੈ ਨਾ ਭਾਈ ਸਾਹਿਬ ਕੋਹਲੀ ਸਾਹਿਬ, ਮੈਂ ਬਾਬਾ ਜੀ ਦਾ ਜੀਵਨ ਪੜ੍ਹ ਰਿਹਾ ਸਾਂ, ਬਾਬਾ ਅਤਰ ਸਿੰਘ ਮਹਾਰਾਜ ਜੀ ਦਾ, ਤੇ ਮੈਂ ਇੱਕ ਵਾਰੀ ਕਿਹਾ ਸੀ ਸੱਚੀ ਮੁੱਚੀ ਉਹਨਾਂ ਦਾ ਜੋ ਨਾਮ ਹੀ ਜੀਭ ਤੇ ਆਉਂਦਾ ਨਾ ਇੱਕ ਸਰੂਰ ਜਿਹਾ ਆ ਜਾਂਦਾ, ਬਾਬਾ ਅਤਰ ਸਿੰਘ ਮਹਾਰਾਜ ਜੀ ਦਾ। ਬੜੇ ਲੋਕਾਂ ਨੇ ਤਰਕ ਕੀਤੇ, ਬਹੁਤ ਕੁਝ ਉਹਨਾਂ ਬਾਰੇ ਲਿਖਿਆ ਤੇ ਸਿਫਤਾਂ ਵਾਲੇ ਨੇ ਬਹੁਤ ਲਿਖਿਆ। ਇੱਕ ਵਾਰ ਬਾਬਾ ਜੀ ਜੇਹਲਮ ਜ਼ਿਲ੍ਹੇ ਚ ਗਏ। ਹੁਣ ਸੱਚੀ ਮੁੱਚੀ ਕਮਾਈ ਵਾਲਾ ਦੁਨੀਆਂ ਤੋਂ ਬਹੁਤ ਡਰਦਾ ਹੈ, ਕਮਾਈ ਵਾਲਾ ਨਹੀਂ ਕਹਿ ਸਕਦਾ ਮੈਂ ਉਹਨੂੰ, ਕਮਾਈ ਵਾਲਾ ਤੇ ਸੱਚੀ ਮੈਂ ਗਲਤ ਕਹਿ ਗਿਆ, ਡਰਦਾ ਹੀ ਨਹੀਂ ਹੁੰਦਾ। ਬਾਹਰ ਮੁਖੀ ਲੋਕ ਲਾਜ ਹੈ ਨਾ ਕਿ ਜੇ ਤੁਸੀਂ ਫਲਾਣੇ ਦੇ ਘਰ ਚਲੇ ਗਏ ਤੇ ਸ਼ਰਾਬੀ, ਜੇ ਫਲਾਣੇ ਦੇ ਘਰ ਚਲੇ ਗਏ ਤੇ ਇਹੋ ਜਿਹੇ ਬੰਦੇ ਨੇ। ਮੈਂ ਇੱਕ ਵਾਰੀ ਕਹਿੰਦਾ ਉਹ ਡਾਕਟਰ ਹੀ ਕਰਦਾ ਜਿਹੜਾ ਮਰੀਜ਼ਾਂ ਤੋਂ ਨਫ਼ਰਤ ਕਰਦਾ। ਹੁਣ ਆ ਭਾਈ ਸਾਹਿਬ ਜੀ ਦਾ ਸੁਪਨਾ ਤੁਸੀਂ ਇਹ ਸਾਕਾਰ ਕਰਨ ਲੱਗੇ ਹੋ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਜਿਹੜਾ ਹੋਸਪਿਟਲ ਅੱਜ ਫ੍ਰੀ ਸ਼ੁਰੂ ਹੋਣ ਲੱਗਾ ਹੈ ਨਾ, ਤੇ ਤੁਸੀਂ ਉਸਦੀ ਬਣਤਰ ਦੇਖੋ। ਆਪ ਸਭ ਨੇ ਦੇਖਿਆ, ਮੈਂ ਪਹਿਲਾਂ ਵੀ ਇੱਕ ਦਿਨ ਆਇਆ ਸਾਂ। ਸੱਚੀ ਮੁੱਚੀ ਇੱਥੇ ਨਾਮ ਦੀ ਔਸ਼ਧੀ ਸ਼ਬਦ ਕੀਰਤਨ ਵੀ ਹੈ,
ਇੱਥੇ ਸਰੀਰ ਦੀ ਅਰੋਗਤਾ ਵਾਸਤੇ ਸੱਚੀ ਬਾਹਰ ਦੀ ਦਵਾਈ ਨਹੀਂ ਹੈ। ਜਿਹੜਾ ਕਮਾਈ ਵਾਲਾ ਪਤਤ ਤੋਂ ਨਫ਼ਰਤ ਕਰਦਾ ਉਹਦੀ ਕਮਾਈ ਕਾਹਦੀ। ਬਾਬਾ ਅਤਰ ਸਿੰਘ ਜੀ ਜੇਲਮ ਜ਼ਿਲ੍ਹੇ ਸਨ, ਉੱਥੇ ਇੱਕ ਕਿਰਪਾ ਰਾਮ ਆਰੀਆ ਸਮਾਜੀ ਸਾਹਿਬ, ਸੁਣਿਆ ਹੋਣਾ ਤੁਸੀਂ ਪਹਿਲਾਂ ਕਿ ਨਹੀਂ, ਜ਼ਰੂਰ ਉਹਨਾਂ ਦੀਆਂ ਸਾਖੀਆਂ ਪੜਿਆ ਕਰੀਏ, ਜੇ ਕਥਾ ਨਹੀਂ ਕਰਨੀ ਤਾਂ ਵੀ ਬਹੁਤ ਕੰਮ ਦਿੰਦੀਆਂ ਨੇ ਜੀਵਨ 'ਚ। ਉਹ ਇੱਕ ਤਾਂ ਗੁਰੂ ਘਰ ਦਾ ਨਿੰਦਕ ਸੀ, ਬਹੁਤ ਨਿੰਦਿਆ ਕਰਦਾ ਸੀ ਸਤਿਗੁਰਾਂ ਦੇ ਘਰ ਦੀ। ਦੂਜਾ ਉਹ ਜਗਤ ਝੂਠ ਪੀਂਦਾ ਸੀ, ਤੰਬਾਕੂ ਪੀਂਦਾ ਸੀ, ਪਰ ਪਰਮੇਸ਼ਵਰ ਦੀ ਖੋਇੜ ਉਹਦੇ ਜਿਹੜੀ ਘਰੋਂ ਬੀਬੀ ਸੀ ਉਹ ਰੋਜ਼ ਬਾਬਾ ਜੀ ਜਿੱਥੇ ਕੀਰਤਨ ਕਰਦੇ ਸਨ ਉੱਥੇ ਆਉਂਦੀ ਸੀ। ਉਹ ਗੁਰੂ ਘਰ ਦੀ ਪ੍ਰੇਮਣ ਸੀ। ਇੱਕ ਦਿਨ ਉਹ ਸੰਗਤ ਵਿੱਚ ਆਈ, ਬਾਬਾ ਜੀ ਧਾਰਨਾ 'ਚ ਕੀਰਤਨ ਕਰਦੇ ਸਨ ਨਾ ਜੀ, ਉਹਨੇ ਕੀਰਤਨ ਸੁਣਿਆ ਤੇ ਕੀਰਤਨ ਸੁਣਨ ਤੋਂ ਬਾਅਦ ਬੇਨਤੀ ਕਰਦੀ ਬਾਬਾ ਜੀ ਨੂੰ ਕਿ ਤੁਸੀਂ ਕਿਰਪਾ ਕਰੋ ਮੇਰੇ ਘਰ ਵੀ ਚਰਨ ਪਾਓ ਤੇ ਕੀਰਤਨ ਕਰੋ। ਉਹਨਾਂ ਨੇ ਸੰਗਤ ਵਿੱਚ ਕਹਿ ਦਿੱਤਾ ਜੀ ਅਸੀਂ ਆਵਾਂਗੇ, ਕਹਿ ਤੇ ਦਿੱਤਾ। ਹੁਣ ਜਿਹੜੇ ਉੱਥੇ ਕਈ ਸੱਜਣ ਪ੍ਰੇਮੀ ਉਸ ਇਲਾਕੇ ਦੇ ਬੈਠੇ ਕਹਿਣ ਲੱਗੇ ਮਹਾਰਾਜ ਉਹ ਗੁਰੂ ਘਰ ਦਾ ਬਹੁਤ ਵੱਡਾ ਨਿੰਦਕ ਹੈ, ਉਹ ਬੰਦਾ ਜਗਤ ਝੂਠ ਪੀਂਦਾ ਤੰਬਾਕੂ ਪੀਂਦਾ ਹੈ, ਉਹ 'ਚ ਇੰਨੇ ਔਗਣ ਨੇ। ਕਹਿੰਦੇ ਬਾਬਾ ਜੀ ਵੱਧ ਜਾ ਕੇ ਕਹਿੰਦੇ ਆ ਸਾਡੇ ਨਾਲੋਂ ਵੱਧ ਨਹੀਂ ਹੋਣੇ। ਕਹਿੰਦੇ ਨੇ ਤੁਸੀਂ ਤੇ ਕਹਿ ਰਹੇ ਹੋ ਤੁਸੀਂ ਤੇ ਸੱਚੀ ਮੁੱਚੀ ਗੁਣਾ ਵਾਲੇ ਹੋ, ਜਿਹੜੇ ਕਹਿ ਰਹੇ ਸੀ ਉਹ ਕਹਿੰਦੇ ਤੁਸੀਂ ਗੁਣਾ ਵਾਲੇ ਹੋ ਪਰ ਮੇਰੇ ਤੋਂ ਵੱਧ ਨਹੀਂ ਹੋਣੇ। ਨਾਲ ਹੀ ਬੈਰਾਗ ਚਾ ਕੇ ਕਹਿੰਦੇ ਨੇ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖਾਈ। ਨਾਲ ਹੀ ਸ਼ਬਦ ਕਹਿੰਦੇ ਨੇ ਖੰਮ ਨਹੀਂ ਚੰਗੇ ਬੁਰਾ ਨਹੀਂ ਕੋਈ, ਜਿਨ੍ਹਾਂ ਨੇ ਤਰਕ ਕੀਤਾ ਚੁੱਪ ਕਰ ਗਏ। ਸੰਤ ਮਹਾਰਾਜ ਉਹਨਾਂ ਦੇ ਘਰ ਗਏ ਬਾਬਾ ਅਤਰ ਸਿੰਘ ਜੀ, ਗੁਰਮੁਖ ਉੱਥੇ ਕੀਰਤਨ ਹੋਇਆ। ਪਹਿਲਾਂ ਤਾਂ ਉਹ ਬੰਦੇ ਸ਼ਰਧਾ ਨਹੀਂ ਸੀ, ਜਦੋਂ ਕੀਰਤਨ ਵਿੱਚ ਬਾਬਾ ਜੀ ਨੇ ਧਾਰਨਾ ਲਾਈ ਸ਼ਬਦ ਬੋਲੇ ਇਹੋ ਜਿਹਾ ਰੰਗ ਬੱਜਾ, ਜਦੋਂ ਵਾਹਿਗੁਰੂ ਦੀ ਧੁਨੀ ਲਾਈ ਉਹ ਬੰਦਾ ਉੱਚੀ ਉੱਚੀ ਭੁੱਬਾਂ ਮਾਰ ਕੇ ਰੋਣ ਲੱਗ ਪਿਆ, ਸੰਗਤ 'ਚ ਖਲੋ ਗਿਆ ਉੱਚੀ ਉੱਚੀ ਰੋਂਦਾ। ਕਹਿੰਦਾ ਮਹਾਰਾਜ ਜੀ ਮੈਂ ਬੜਾ ਵੱਡਾ ਨਿੰਦਕ ਹਾਂ, ਮੈਂ ਬੜੇ ਵੱਡੇ ਗੁਨਾਹ ਕੀਤੇ ਨੇ, ਤੁਹਾਡੇ ਸਾਹਮਣੇ ਇੱਕ ਬੇਨਤੀ ਹੈ ਮੈਨੂੰ ਬਖਸ਼ ਦਿਓ ਤੇ ਦੂਜੀ ਗੱਲ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਦੀ ਦਾਤ ਦੇ ਦਿਓ। ਉਹ ਅੰਮ੍ਰਿਤ ਛਕ ਕੇ ਭਾਈ ਕਿਰਪਾ ਸਿੰਘ ਬਣਿਆ ਸੀ। ਮੈਂ ਆਪ ਨੂੰ ਬੇਨਤੀ ਕਰਾਂਗਾ ਸਿਮਰਨ ਵਾਲੀਆਂ ਰੂਹਾਂ ਉਹ ਸੱਚੀ ਮੁੱਚੀ ਅੰਦਰੋਂ ਜ਼ਿੰਦਗੀ ਬਦਲ ਜਾਂਦੀਆਂ ਨੇ, ਕਿਉਂਕਿ ਜਿਹੜਾ ਆਪ ਖਾਂਦਾ ਹੈ ਉਹੀ ਖਰਚਦਾ ਹੈ ਤੇ ਜਿੰਨਾ ਕੋਈ ਰੱਜ ਕੇ ਖਾਏਗਾ ਉਹਨਾਂ ਵੱਧ ਤੋਂ ਵੱਧ ਖਰਚੇਗਾ। ਸਤਿਗੁਰੂ ਕਿਰਪਾ ਕਰੇ, ਮੇਰੇ ਤੋਂ ਬੋਲਦਿਆਂ ਬਹੁਤ ਭੁੱਲਾਂ ਹੋਈਆਂ ਨੇ, ਆਪ ਸੰਗਤ ਨੇ ਬਖਸ਼ ਦੇਣਾ।